ਦਾ ਆਰਨੇਤ ਦੇ ਚੱਲਦੇ ਅਖਾੜੇ ਦੇ ਵਿੱਚ ਇੱਕ ਦੁਰਘਟਨਾ ਹੋਈ ਦੁਰਘਟਨਾ ਇਹ ਹੁੰਦੀ ਆ ਕਿ ਜਿਹੜਾ ਸਟੇਜ ਦੇ ਨਾਲ ਟੈਂਟ ਲੱਗਿਆ ਹੁੰਦਾ ਤਾਂ ਉਹ ਟੈਂਟ ਅਚਾਨਕ ਡਿੱਗ ਜਾਂਦਾ ਡਿੱਗਣ ਦਾ ਕਾਰਨ ਇਹ ਹੁੰਦਾ ਕਿ ਜਿਹੜੇ ਲੋਕ ਆਰਨੇਤ ਨੂੰ ਸੁਣਨ ਦੇ ਲਈ ਆਏ ਹੋਏ ਸੀ ਤਾਂ ਜਦੋਂ ਆਰਨੇਤ ਦੇ ਵੱਲੋਂ ਗਾਣੇ ਗਾਏ ਜਾ ਰਹੇ ਸੀ ਤਾਂ ਉਹਨਾਂ ਲੋਕਾਂ ਦੇ ਵਿੱਚ ਇੰਨਾ ਜੋਸ਼ ਭਰਿਆ ਕਿ ਲੋਕ ਨੇ ਜਿਹੜੇ ਉਹ ਟੈਂਟ ਦੇ ਉੱਪਰ ਛੜ ਗਏ ਕਾਫੀ ਜ਼ਿਆਦਾ ਲੋਕ ਨੇ ਛੜੇ ਉਹ ਟੈਂਟ ਦੇ ਉੱਪਰ ਚੜੇ ਤੇ ਜ਼ਿਆਦਾ ਵਜ਼ਨ ਹੋਣ ਦੇ ਕਾਰਨ ਉਹ ਟੈਂਟਾ ਜਿਹੜਾ ਡਿੱਗ ਜਾਂਦਾ ਜਿਸ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਕਾਫੀ ਜ਼ਿਆਦਾ ਲੋਕ ਨੇ ਜਿਹੜੇ ਸਟੇਜ ਦੇ ਨਾਲ ਲੱਗਦੇ ਟੈਂਟ ਦੇ ਉੱਪਰ ਚੜ ਜਾਂਦੇ ਨੇ ਤੇ ਅਚਾਨਕ ਉਹ ਟੈਂਟਾ ਜਿਹੜਾ ਹੇਠਾਂ ਡਿੱਗ ਜਾਂਦਾ ਗਾਨੀ ਵਤੇ ਰਹਿੰਦੀ ਆ ਕਿ ਇਸ ਹਾਦਸੇ ਦੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਆ ਜਿਹੜਾ ਉਹ ਨਹੀਂ ਹੋਇਆ ਪਰ ਜਿਹੜੇ ਲੋਕ ਨੇ ਕਾਫੀ ਜ਼ਿਆਦਾ ਬੁਰੇ ਤਰੀਕੇ ਦੇ ਨਾਲ ਹੇਠਾਂ ਡਿੱਗੇ ਕਿਉਂਕਿ ਅਖਾੜਾ ਚੱਲ ਰਿਹਾ ਸੀ ਆਰ ਨੇਤਾ ਜਿਹੜਾ ਉਹ ਗਾਣੇ गा ਰਿਹਾ ਸੀ ਤਾਂ ਉਸ ਸਮੇਂ ਲੋਕ ਨੇ ਜਿਹੜੇ ਉਸ ਨੂੰ ਸੁਣ ਕੇ ਟੈਂਟ ਦੇ ਉੱਪਰ ਚੜ ਜਾਂਦੇ ਨੇ ਜਿਹੜੀਆਂ ਉੱਪਰ ਪਾਈਪਾਂ ਲੱਗੀਆਂ ਹੋਈਆਂ ਸੀ ਉਸ ਦੇ ਉੱਪਰ ਬੈਠ ਜਾਂਦੇ ਨੇ ਤਾਂ ਅਚਾਨਕ ਜ਼ਿਆਦਾ ਵਜ਼ਨ ਵਧਣ ਦੇ ਕਾਰਨ ਉਹ ਟੈਂਟਾਂ ਜਿਹੜਾ ਹੇਠਾਂ ਡਿੱਗ ਜਾਂਦਾ ਤੇ ਲੋਕ ਨੇ ਜਿਹੜੇ ਉੱਪਰੋਂ ਕਾਫੀ ਚਾਈ ਤੋਂ ਧਰਤੀ ਤੇ ਆ ਡਿੱਗਦੇ ਨੇ ਗਾਨੀਮਤ ਇਹੀ ਰਹਿੰਦੀ ਆ ਕਿ ਇਸ ਹਾਸਲੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੁੰਦਾ ਤਾਂ ਮਲੌਰ ਦੀ ਦਾਣਾ ਮੰਡੀ ਦੇ ਵਿੱਚ ਕਿਸਾਨੀ ਮੇਲਾ ਚੱਲ ਰਿਹਾ ਸੀ ਤਾਂ ਜਦੋਂ ਕਿਸਾਨੀ ਮੇਲਾ ਖਤਮ ਹੁੰਦਾ ਉਸ ਤੋਂ ਬਾਅਦ ਲੋਕਾਂ ਦੇ ਮਨੋਰੰਜਨ ਦੇ ਲਈ ਪੰਜਾਬੀ ਗਾਇਕ ਆਰਨੇਤ ਨੂੰ ਅਖਾੜੇ ਦੇ ਲਈ ਸੱਦਿਆ ਜਾਂਦਾ ਹੈ ਪੰਜਾਬੀ ਗਾਇਕ ਆਰਨੇਤ ਜਿਹੜਾ ਉਹ ਆਪਣਾ ਅਖਾੜਾ ਲਾਉਣ ਦੇ ਲਈ ਦਾਣਾ ਮੰਡੀ ਦੇ ਵਿੱਚ ਪਹੁੰਚ ਜਾਂਦਾ ਤਾਂ ਜਦੋਂ ਆਰਨੇਤ ਦੇ ਵੱਲੋਂ ਗਾਣੇ ਗਾਏ ਜਾ ਰਹੇ ਸੀ ਤਾਂ ਲੋਕ ਉਸ ਨੂੰ ਸੁਣਨ ਦੀ ਜਗ੍ਹਾ ਦੇਖਣ ਦੀ ਵਜਾਇ ਪੈਚ ਉਸ ਨੂੰ ਸੁਣਨ ਦੇ ਲਈ ਉਸ ਨੂੰ ਦੇਖਣ ਦੇ ਲਈ ਤਾਂ ਉਸ ਟੈਂਟ ਦੇ ਉੱਪਰ ਚੜ ਜਾਂਦੇ ਨੇ ਟੈਂਟ ਦੇ ਉੱਪਰ ਕਾਹੇਠਾਂ ਡਿੱਗ ਜਾਂਦਾ ਤਾਂ ਅਸੀਂ ਅਕਸਰ ਮੇਲਿਆਂ ਦੇ ਉੱਪਰ ਅਖਾੜਿਆਂ ਦੇ ਉੱਪਰ ਦੇਖਦੇ ਆਂ ਕਿ ਜਦੋਂ ਕਾਫੀ ਜ਼ਿਆਦਾ ਭੀੜ ਇਕੱਠੀ ਹੋ ਜਾਂਦੀ ਆ ਤਾਂ ਲੋਕਾਂ ਨੂੰ ਕਈ ਵਾਰ ਸਿੰਗਰ ਨੇ ਜਿਹੜੇ ਉਹ ਨਹੀਂ ਦਿਖਦੇ ਤਾਂ ਲੋਕ ਨੇ ਜਿਹੜੇ ਉਚਾਈ ਵਾਲੀ ਜਗ੍ਹਾ ਦੇ ਉੱਪਰ ਬੈਠ ਜਾਂਦੇ ਨੇ ਉਹ ਚਾਹੇ ਦਰੱਖਤ ਹੋਣ ਚਾਹੇ ਲੋਕਾਂ ਦੇ ਘਰਾਂ ਦੇ ਕੋਠੇ ਹੋਣ ਤਾਂ ਲੋਕ ਨੇ ਜਿਹੜੇ ਪੰਜਾਬੀ ਗਾਇਕਾ ਨੂੰ ਦੇਖਣ ਦੇ ਲਈ ਕੋਠਿਆਂ ਦੇ ਉੱਪਰ ਚੜ ਜਾਂਦੇ ਨੇ ਦਰੱਖਤਾਂ ਦੇ ਉੱਪਰ ਚੜ ਜਾਂਦੇ ਨੇ ਤੇ ਅਕਸਰ ਕਈ ਅਜਿ ਇਹ ਘਟਨਾਵਾਂ ਨੇ ਛੜੀਆਂ ਉਹ ਵਾਪਰ ਜਾਂਦੀਆਂ ਨੇ ਤਾਂ ਇੱਕ ਹੋਰ ਨਵੀਂ ਘਟਨਾ ਵਾਪਰੀ ਹੈ ਜਿੱਥੇ ਦਾਣਾ ਮੰਡੀ ਦੇ ਵਿੱਚ ਅਖਾੜਾ ਲੱਗਿਆ ਹੋਇਆ ਸੀ ਪੰਜਾਬੀ ਗਾਇਕ ਆਰ ਨੇਤ ਦਾ ਤਾਂ ਲੋਕ ਨੇ ਜਿਹੜੇ ਉਸ ਨੂੰ ਸੁਣਨ ਦੇ ਲਈ ਟੈਂਟਾਂ ਦੇ ਉੱਪਰ ਚੜ ਜਾਂਦੇ ਨੇ ਤੇ ਟੈਂਟ ਦੇ ਉੱਪਰ ਭਜਨ ਕਾਫੀ ਜ਼ਿਆਦਾ ਹੋ ਜਾਂਦਾ ਜਿਸ ਕਰਕੇ ਟੈਂਟਾ ਜਿਹੜਾ ਉਹ ਡਿੱਗ ਜਾਂਦਾ ਤਾਂ ਸ਼ੁਕਰੇ ਰਹਿੰਦਾ ਕਿ ਇਸ ਹਾਦਸੇ ਦੌਰਾਨ ਕਿਸੇ ਦੀ ਵੀ ਜਾਨ ਜੜੀ ਉਹ ਨਹੀਂ ਗਈ